अपने के गल करते भी पंजाब रोजगार है नहीं गा पर साढ़े दिमाग च फिट करता भी रोजगार का अर्थ होंगे सरकारी नौकरी चाहे 25 किले आते हो जिद को सरकारी नौकरी नहीं कद रोजगार नहीं जे पंजाब रोजगार ना हो बिहार यूपी वाले इतने की करना हूं बई देखते हो कोठियां उन्होंने मेरी रेहड़ी भी एक दिन की सेल 4800 आ सिंगापुर की आमदन 3500 रुपये एक दिन की एक दिन की फेर आई फेर आई क्वार्टल फिर विक जाना जट सौदा जे 2-4 किलो वध भी वग गए फिर भी 47-48 कमा सिंगापुर से जी 3500 दिहाड़ी बंद कि ਅਸੀਂ ਦੋ ਭਰਾ ਗਏ 10 ਕਿੱਲੇ ਜ਼ਮੀਨ ਆ ਹੁਣ ਜੇ ਇਹਨੂੰ ਮੀਣਾ ਵੱਜਦਾ ਤੁਸੀਂ ਜ਼ਮੀਨ ਜ਼ਮੀਨਦਾਰ ਹੋ ਜ਼ਮੀਨ ਵਾਲੇ ਹੋ ਤੁਸੀਂ ਰੇੜੀ ਕਾ ਲਾਈ ਬੈਠੇ ਹੋ ਇਹ ਸ਼ਰਮ ਤਾਂ ਨਹੀਂ ਮੰਨੀ ਕੋਈ ਜੀ ਕੰਮ ਛੋਟਾ ਵੱਡਾ ਕੋਈ ਵੀ ਇਹ ਸ਼ਰਮ ਨਹੀਂ ਹੁੰਦੀ ਕੰਮ ਤਾਂ ਕੰਮ ਹੀ ਹੈ ਇਹਨੇ ਰੇੜੀ ਲਾ ਦੀ ਉਹੀ ਗੱਲ ਸ਼ਮੇਗ ਭਾਈ ਕਹਿੰਦਾ ਨੌਜਵਾਨਾਂ ਕਿ 2500 ਰੁਪਇਆ ਇੱਕ ਦਿਨ ਦੇ ਵਿੱਚ ਬੇਰ ਵੇਚ ਦਿੰਦਾ ਜਿੰਨੀਆਂ ਮਰਜ਼ੀ ਮਾਨ ਸਾਹਿਬ ਆ ਜੋ ਰੇੜੀਆਂ ਜਿੰਨੀਆਂ ਹੋਰ ਆਪਣੇ ਹੋਰ ਸ਼ਹਿਰਾਂ 'ਚ ਕਿਹੜੀਆਂ ਸਾਰੀਆਂ ਕਿਹਦੀਆਂ ਉਹ ਕੋਈ ਗੱਪਿਆਂ ਦੀ ਆ ਕੋਈ ਫਲਾਂ ਦੀ ਆ ਕੋਈ ਚਾਹ ਦੀ ਆ ਸਮੋਸਿਆਂ ਦੀ ਕਿਹਦੀ ਆ ਵਿਹਾਰੀਆਂ ਦੀਆਂ ਨਾ ਜੇ 2500 ਦਿਹਾੜੀ ਪਲੋ ਕਿੰਨੀ ਪਾਉਂਦੇ ਹੋਣਗੇ ਪਾਉਂਦੇ ਨਾ ਫਿਰ ਅਸੀਂ ਇੱਥੇ 400 ਰੁਪਇਆ ਕਮਾਉਂਦੇ ਹਾਂ ਸਾਰਾ ਚੰਪਾ ਕਿ ਲੈਂਦਾ ਜਿੰਨੀ ਵਾਰ ਖੇਤ ਚ ਗਏ ਦਾ ਉਹਨੂੰ ਕਹਿੰਦੇ ਵੀ ਰੇਹੜੀ ਵਾਲਾ ਲਾਉਣਾ ਰੇਹੜੀ ਲਾਉਣੀ ਰੇਹੜੀ ਨਹੀਂ ਲਾਉਂਦੇ ਸਾਡੇ ਕੁੱਲ ਕਾਰੋਬਾਰ ਤੇ ਕਬਜ਼ਾ ਨਾ ਹੋ ਗਿਆ ਉਹਨਾਂ ਨੇ ਜੋ ਕੰਮ ਮਿਲ ਗਿਆ ਉਹ ਕਰਦੇ ਆ ਹੋਰ ਵੀ ਦੱਸ ਬਈ ਹੋਰ ਦੱਸ ਵੀਰ ਜੀ ਆਪਾਂ ਇੱਥੇ ਆਏ ਆਂਗੇ ਕੌਮੀ ਇਨਸਾਫ ਮੋਰਚਾ ਲਈ ਜਿਹੜੇ ਆਪਣੇ ਕੌਮ ਦੇ ਯੋਧੇ ਜੇਲਾਂ ਚ ਬੰਦ ਨੇ ਆਪਣੇ ਆ ਵੀਰ ਜੀ ਇਹ ਆਪਣੀ ਦੱਸੂਗਾ ਮੈਂ ਜਿਹੜੇ ਆਪਣੇ ਲੋਹੇ ਦੀਆਂ ਸਲਾਖਾਂ ਦੇ ਵਿੱਚ ਬੰਦ ਆ ਉਹਨਾਂ ਲਈ ਆਪਾਂ ਸੰਘਰਸ਼ ਵਿੱਢਿਆ ਜਿਹੜਾ ਸਿੱਖ ਕੌਮ ਸੰਘਰਸ਼ ਵਿੱਢਣ ਲਈ ਜਿੱਤ ਵੀ ਲੈਂਦੀ ਆ ਕੋਈ ਸ਼ੱਕ ਨੀ ਸਾਲ ਲੱਗ ਜੂ 2 ਸਾਲ ਲੱਗ ਜਾਣਗੇ ਆਪਾਂ ਬਾਹਰ ਲਿਆਵਾਂਗੇ ਜਿਹੜੇ ਸਿਆਣੇ ਦੀਆਂ ਜੇਲਾਂ ਚ ਜਾ ਰਹੇ ਆਗੇ ਉਹਨਾਂ ਲਈ ਕਿੱਥੇ ਧਰਨਾ ਲਾ ਲਓਗੇ ਤੀਜੀ ਪੀੜ੍ਹੀ ਨੂੰ ਵਿਦੇਸ਼ਾਂ ਚ ਵਾਪਸ ਲਿਆਓਗੇ ਕਿੱਥੇ ਧਰਨਾ ਲਾਓਗੇ ਫਿਰ ਤੁਸੀਂ ਅੱਜ 40 ਕਿੱਲਿਆਂ ਵਾਲਾ ਜਾ ਰਿਹਾ 10 ਕਿੱਲਿਆਂ ਵਾਲਾ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਕਹਿੰਦੇ ਸਾਨੂੰ ਇੱਥੇ ਰੋਜ਼ਗਾਰ ਨਹੀਂ ਗਾ ਵੀਰ ਜੀ ਇੱਕ ਦੱਸਦਾ ਮੇਰੇ ਦਾਦਿਆਂ ਵਾਲੇ ਖੇਤੀ ਸੁਣ ਮੈਂ ਇਸੇ ਪਿੰਡ ਦਾ ਹੀ ਸਮਝ ਲਓ ਇੱਥੇ ਟਾਂਡਿਆਂ ਵਾਲੇ ਟਿੱਬੇ ਦੇ ਉੱਤੇ ਮੇਰਾ ਵਾਹ ਆ ਆਪਣੇ ਹੁੰਦੀ ਦਾਦਿਆਂ ਵਾਲੇ ਹੁੰਦੀ ਸੀ ਬਾਜਰੇ ਦੀ ਤੇ ਗੁਵਾਰੇ ਦੀ ਖੇਤੀ 2 ਸਦੀਆਂ ਚ ਫਸਲ ਬਦਲ ਜਾਂਦੀ ਆ ਫਿਰ ਪਿਓ ਵੇਲੇ ਆ ਗਈ ਦੇਸੀ ਕਪਾਹ ਤੇ ਦੇਸੀ ਨਰਮਾ ਠੀਕ ਆ 90 ਤੋਂ ਬਾਅਦ ਆ ਗਿਆ ਹਾਈਬ੍ਰਿਡ ਫਸਲ ਬਦਲੀ ਜਾਂਦੀ ਹੈ ਨਾ ਫਿਰ ਆ ਗਿਆ ਆਪਣੇ ਬੀਟੀ ਹੁਣ ਝੋਨਾ ਕਣਕ ਆ ਗਈ ਤੇ ਹੁਣ ਅਸੀਂ ਬਦਲਣਾ ਨਹੀਂ ਚਾਹੁੰਦੇ ਫਸਲ ਹੀ ਕਰਨਾ ਠੀਕ ਹੈ ਹੁਣ ਅਸੀਂ ਇੱਕ ਰਵਾਇਤੀ ਫਸਲ ਤੇ ਖੜੇ ਹਾਂ ਰਵਾਇਤੀ ਫਸਲ ਇੱਕ ਖੜੇ ਪਾਣੀ ਛੱਪੜ ਦੇ ਪਾਣੀ ਵਰਗੀ ਆ ਛੱਪੜ ਦਾ ਪਾਣੀ ਛੋਟੇ ਪਿੰਡ ਵਾਲੇ ਵਰਗਾ ਦੇਖ ਲਓ ਮੁਸ਼ਕ ਗਿਆ ਨਾ ਤੇ ਪੰਜਾਬ ਵੀ ਮੁਸ਼ਕ ਗਿਆ ਇਸੇ ਵੱਲੋਂ ਸਾਡੀ ਆਉਣ ਵਾਲੀ ਜਿਹੜੀ ਨਸਲ ਆ ਨਾ ਇੱਕ ਭੱਜਣਾ ਚਾਹੁੰਦੀ ਆ ਫਿਰ ਪੰਜਾਬ ਨੂੰ ਬਚਾਉਣਾ ਗਾ 2 ਸਦੀਆਂ ਬਾਅਦ ਖੇਤੀ ਬਦਲਦੀ ਆ ਬਦਲ ਲਓ ਬਾਈ ਸਮਾਜ ਦੇ ਚੱਲਦੇ ਸਮਾਜ ਦੇ ਪੈਰ ਨਾਲ ਪੈਰ ਧਰ ਕੇ ਤੁਰੋਂਗੇ ਜੋ ਮੰਡੀ ਦੀ ਮੰਗ ਆ ਉਹ ਪੈਦਾ ਕਰੋ ਖੁਦ ਰੇੜੀ ਲਾ ਕੇ ਵੇਚੋ ਤੁਹਾਨੂੰ ਰੇਟ ਮਿਲੂਗਾ ਬਈ ਇੱਕ ਗੱਲ ਦੱਸਦਾ ਕਿਰਤ ਦੇ ਵਿੱਚ ਸ਼ਰਮ ਨਹੀਂ ਹੁੰਦੀ ਤੇ ਕਿਰਤ ਬਿਨਾਂ ਜੋ ਦਾ ਗਰਮ ਨਹੀਂ ਹੁੰਦੀ ਜੇ ਸਾਨੂੰ 4800 ਬਣਦਾ ਤੇ ਵਿਦੇਸ਼ਾਂ ਚ ਮੈਂ ਰਾਜਮਿਸਤਰੀ ਦਾ ਕੰਮ ਵੀ ਕੀਤਾ ਸਾਰਾ ਕੁਛ ਹੀ ਕਰ ਲੈਂਦੇ ਹਾਂ ਨਾ ਇੱਧਰ ਆ ਕੇ ਦੱਸਦੇ ਨੀ ਬਸ ਅਸੀਂ ਥੋੜਾ ਜਿਹਾ ਕਾਰਾਂ ਕੁਰਾਂ ਲੈ ਕੇ ਘੁੰਮ ਦਿਆਂਗੇ 4-5 ਘਰ ਹੋਰ ਪੱਟ ਦਿੰਦੇ ਹਾਂਗੇ ਹੈਂ ਤੇ ਜੇ ਇੱਥੇ ਤੁਹਾਨੂੰ 4500 ਮੇਰਾ ਦੇਖ ਲਓ ਵੀਡੀਓ ਦੇਖੋ ਟੋਟਲ 17 ਇੰਟਰਵਿਊਆਂ ਹੋ ਗਈਆਂ ਟੋਕਰਾ ਧਰਿਆ ਗ੍ਰੇਡ ਮਾਰਿਆ ਮੁੱਦਾ ਟੌਰ ਨਾ ਬੈਠਾ ਬਈ ਇੱਕ ਜ਼ਿੰਦਗੀ ਦਾ ਤਜਰਬਾ ਦੱਸਾਂ ਜਿਹੜਾ ਵਿਦੇਸ਼ਾਂ ਚੋਂ ਸਿੱਖ ਕੇ ਆਇਆ ਵੱਡਾ ਨੌਕਰ ਲੱਗਣ ਨਾਲੋਂ ਛੋਟਾ ਮਾਲਕ ਲੱਖ ਗੁਣਾ ਚੰਗਾ ਆਜ਼ਾਦੀ ਆ ਮੇਰੀ ਮਾਂ ਬਿਮਾਰ ਹੋ ਗਈ ਦੂਜੇ ਦਿਨ ਮੇਰੇ ਟੋਕਰਾ ਚੋਂ ਖੂਨ ਦਵਾਈ ਦਵਾਉਣ ਵਗ ਜੂ ਵਿਦੇਸ਼ਾਂ ਚ ਦਵਾ ਲਵਾਂਗੇ ਜੇ ਇੱਥੇ ਸ਼ਰਮ ਕਰਨੀ ਛੱਡ ਦੋ ਜਿਹਦੇ ਕੋਲੇ ਐਂ ਕਰੋ ਤੁਸੀਂ ਟੋਕ ਨਾਲਾਂ ਤੋਂ ਸ਼ੁਰੂ ਕਰ ਲਓ ਪਿੰਡ ਚ ਵੇਚ ਲਓ ਹੋਰ ਕਿਤੇ ਵੇਚ ਲਓ ਤਜਰਬੇ ਦਾ ਕਰ ਲਓ ਨਾ ਕਿ ਅਸੀਂ 25 ਲੱਖ ਦਾ ਰਿਸਕ ਲੈ ਸਕਦੇ ਹਾਂ 2.5 ਲੱਖ ਦਾ ਲੈ ਕੇ ਦੇਖ ਲਓ ਮੇਰੇ ਅੱਖੇ 2.5 ਦਿਨ 2500 ਦਾ ਹੀ ਲੈ ਲਓ ਬਾਈ ਤਾਂ ਟੋਕਰਾ ਤਾਂ ਮੈਂ ਕਹਿੰਦਾ ਯਾਰ 50 ਕੁ ਦਾ ਹੀ ਬਣ ਜਾਂਦਾ ਹੋਊਗਾ ਕਿ ਮੈਨੂੰ ਵੀ 13 ਸਾਲ ਹੋ ਗਏ ਵਿਦੇਸ਼ਾਂ ਚ ਰਹਿੰਦੇ ਮੈਂ ਡਰ ਪਤਾ ਨਹੀਂ ਕਿੰਨੇ ਦਾ ਬਣਦਾ ਆਪ ਜੀ ਲੈ ਜਾਓ ਸਾਈਕਲ ਤੇ ਲੈ ਜਾਓ ਮੋਟਰਸਾਈਕਲ ਤੇ ਲੈ ਜਾਓ ਪਤਾ ਕੀ ਆਪਣੇ ਕੋਲ ਤਜਰਬੇ ਨਹੀਂ ਕਰਨਾ ਚਾਹੁੰਦੀ ਬਾਬੇ ਨਾਨਕ ਨੇ ਸਾਨੂੰ ਵਿਵੇਕੀ ਬਣਾਇਆ ਸੀ ਪਰ ਅਸੀਂ ਜਜ਼ਬਾਤੀ ਬਣ ਗਏ ਛੱਡ ਗਏ ਨਾ ਵਿਵੇਕ ਨੂੰ ਕੋਈ ਖੋਜ ਨਹੀਂ ਕਰਦੇ ਇੰਨਾ ਹੀ ਸੋਚ ਲਓ ਵੀ ਬਿਹਾਰ ਯੂਪੀ ਤੇ ਕਿਉਂ ਆ ਰਹੇ ਆ ਮਾਨਸਾ ਦੇ ਵਿੱਚ ਇੱਕ ਮੈਨੂੰ ਦੱਸਿਆ ਇਹ ਸਾਈਡ ਤੇ ਕਹਿੰਦਾ ਇੱਧਰਲੀ ਸਾਈਡ ਨਾ ਮੰਡੀ ਵਾਲੀ ਸਾਈਡ ਕਹਿੰਦਾ ਸਾਰੇ ਪ੍ਰਵੇਸੀ ਆ ਕੇ ਰਹਿਣ ਲੱਗ ਗਏ ਕਹਿੰਦਾ ਜੀ ਉਹਨਾਂ ਦੇ ਘਰ ਕੋਲ ਤੁਸੀਂ ਦੇਖੋਗੇ ਗੱਡੀਆਂ ਦੇਖੋਗੇ 10-10, 15-15 ਸਾਲ ਰਹਿੰਦੇ ਨੂੰ ਹੋ ਗਏ ਤੁਹਾਡੇ ਕਨੇਡਾ ਵਾਲਾਂ ਕੋਲ ਖੋਣੀਆਂ ਨਹੀਂ ਜੇ ਤੁਸੀਂ ਆਪਣੇ ਪੰਜਾਬ ਚੋਂ ਲੱਖੇ ਬਾਈ ਹੋਰੀ ਦਰਖਤ ਆ ਕਹਿੰਦੇ ਲਓ ਦਰਖਤ ਖਤਮ ਪਤਾ ਕਿਉਂ ਹੋਏ ਸੀ ਸਾਡੇ ਸ਼ਬਦ ਦੇ ਅਰਥ ਗਲਤ ਕਰ ਦਿੱਤੇ ਜਾਂਦੇ ਜਿਵੇਂ ਰੋਜ਼ਗਾਰ ਦਾ ਅਰਥ ਕਰਤਾ ਸਰਕਾਰੀ ਨੌਕਰੀ ਹੁਣ ਜਿੰਨੀ ਸਾਰੀਆਂ ਪੋਸਟਾਂ ਵੀ ਜੇ ਸਰਕਾਰ ਨੇ ਭਰਤੀਆਂ ਕੀ ਲੱਗ ਜਾਓਗੇ ਤੁਸੀਂ ਸਾਰੇ
फिर भी अद्धे वेले अद की मैं कहना 80% वेले रह जाओगे कि विदेशों जी आप कहने विदेशों च रोजगार आ कि सानू सरकारी नौकरियां देंदे आ वो प्राइवेट ही करते हैं ना दिहाड़ी कर लैंने निकी जी दुकान कॉफी सौ इतने दुकान चार ही रेहड़ी ला लो इतने रेहड़ी पाई दी कॉफी सौ पाई दी ना आर्थिक बदलता ना हम दरख्त क्यों खत्म हो पंजाब चो साडे बुजुर्गों ने सानू दस्या जो दरख्त हुंदा सी ना कहने फल ना देगा सां दे दूगा साडे दिमाग च बैठ गया भी दरख्त दो काम ही दिंदा एक तो फल दिंदा एक सां दिंदा जो अपने मोटर ला गई आप कोठे पाले दरख्त की लोड़ा पट्टते पर हुण जदों सोशल मीडिया आया पता लग्या नहीं भाई ऑक्सीजन भी दिंदा जिते ऑक्सीजन की मात्रा ज्यादा उत्थे मीह पैंदा हुण दरख्त थोड़े बहुत लगन लगे हुण मीह नाल फसल खराब हुंदी है ना पहले सोके ना हुंदी सी गल तो उही है विवेकी बनो फौजी बनो कोई भी काम करना जीरो तो शुरू करो मेरे ते ला लो जे मैं हुण बाहरों आया सी मेरे को इन्ना का पैसा मैं 4-5 लाख का ना छोटा हाथी जिवें कहिंदे हुंदे अज तैयार जे कराउंदे जे मैं रेहड़ियां लगदे मैं इदां भी कर सकदा सी है ना एक दुकान भी किराए ते लै सकदा सीगा इन्ना का मेरे को पैसा हैगा पर मैं जीरो तो शुरू किया मन के चलो मैं टोकरा लै गया उत्थे क्वार्टर फेर लै गया पहले दिन मेरी 4800 की सेल सी जे ना हुंदी फिर पल्ली कट्ठी करके टोकरा लैके घरे आ जांदा मैनूं घाटा की पैंदा जीरो जे दुकान लै लैंदा 1.5 लाख का घाटा पैंदा असीं जिहड़े पंजाबी आ ना भाई जे रेस लाउणी आ ना 100 मीटर जीरो तो भज्जना पऊगा असीं बापू का 25 लाख लगा के 50 तो भज्जन नूं तैयार बैठे हाँ जीरो तो कोई काम शुरू करके कुछ नहीं गा जमीना बेचो जां तां शहर च बिजनेस खड़ा करो फिर घाटा पै जांदा जिन्हां दी शहर च बाणियां दीआं दुकानां ने ना जिन्हां नूं देख के तुसीं कहिंदे वी असीं भी वड्डी दुकान ही पाउणी आ उहनां दे दादे परदादियां तों चलदियां जे अज तुसीं निक्की जी दुकान तों शुरू करोगे ना की पता तुहाडे पुत्त दा वी माल होवे शहर च छोटे जीरो तों काम शुरू करो कदे घाटा नहीं पैंदा जीरो तों शुरू करोगे एक फेल हो जू दो फेल हो जाणगे 10 फेल हो जाणगे गोदरेज फैक्टरी च मैं चंडीगढ़ काम कीता किसे दिन जदों असीं इंटरव्यू देण गए सी ना क्यों उत्थे आए सीगे वी की पता रखणगे कि ना असीं गत्ते ते सुत्ते सीगे फिर सानू रख लिया फिर भी कमरा नहीं मिला 2-3 दिन गत्ते ते बैठे जिद्दे मैं जहाज दे विच हुण आउण वाले ए क्लास दे विच बिजनेस क्लास दे विच बैठा सी ना उदों मैं याद कीता सी ओह दिन आ मेरा 11वां काम आ जिहनूं मैं कर रहांगा विदेश दे विच क्या बाग मेरा 12वां काम आ कोई आए नहीं गा वी जिहनूं हत्थ पा लिया जिवें उहनूं